ਫਾਜ਼ਿਲਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਵੇਂ ਸ਼ਹਿਰੀ ਮੰਡਲ ਪ੍ਰਧਾਨ ਬਣੇ ਰਮੇਸ਼ ਕਟਾਰੀਆ, ਪਾਰਟੀ ਆਗੂਆਂ ਵੱਲੋਂ ਦਿੱਤੀ ਗਈ ਵਧਾਈ। ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮੇਸ਼ ਕਟਾਰੀਆ ਨੂੰ ਭਾਰਤੀ ਜਨਤਾ ਪਾਰਟੀ ਸ਼ਹਿਰੀ ਮੰਡਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਅੱਜ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪਾਰਟੀ ਪਦਾਧਿਕਾਰੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਉੱਧਰ ਨਵੀਂ ਨਿਯੁਕਤੀ 'ਤੇ ਰਮੇਸ਼ ਕਟਾਰੀਆ ਨੇ ਕਿਹਾ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ ਹੈ ਉਸਦਾ ਉਹ ਪੂਰੀ ਤਨਦੇਹੀ ਦੇ ਨਾਲ ਨਿਰਵਾਹ ਕਰਨਗੇ। ਉੱਧਰ ਇੱਥੇ ਪਹੁੰਚੇ ਸੁਬੋਧ ਵਰਮਾ, ਨਰਿੰਦਰ ਅਗਰਵਾਲ, MC ਡਾਕਟਰ ਰਕੇਸ਼ ਗੁਪਤਾ ਅਤੇ ਨਰਿੰਦਰ ਪ੍ਰਣਾਮੀ ਸਮੇਤ ਹੋਰ ਵੀ ਵਰਕਰਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਨੇਤਾ ਅਸ਼ਵਨੀ ਫੁਟੇਲਾ, ਅੰਕੁਸ਼ ਫੁਟੇਲਾ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਰਹੇ। ਅੱਜ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਸਭਾ ਇਕੱਠੇ ਹੋਏ ਨੇ। ਭਾਰਤੀ ਜਨਤਾ ਪਾਰਟੀ ਨੇ ਫਾਜ਼ਿਲਕਾ ਦੀ ਮੰਡਲ ਪ੍ਰਧਾਨ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ। ਮੈਂ ਪਾਰਟੀ ਦੇ ਹਾਈਕਮਾਨ ਦਾ ਅਤੇ ਸਾਡੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਜੀ, ਪੰਜਾਬ ਦੀ ਸ਼ਾਨ ਨੇ ਸਾਡੀ ਪਾਰਟੀ ਦੇ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਮੇਰੇ 'ਤੇ ਵਿਸ਼ਵਾਸ ਜਤਾਇਆ ਭਾਰਤੀ ਜਨਤਾ ਪਾਰਟੀ ਮੰਡਲ ਫਾਜ਼ਿਲਕਾ ਪ੍ਰਧਾਨ ਬਣਾ ਕੇ। ਜ਼ਿਲ੍ਹਾ ਫਾਜ਼ਿਲਕਾ ਦੇ ਜਿਹੜੇ ਪ੍ਰਧਾਨ ਸਾਡੇ ਕਾਕਾ ਕੰਬੋਜ ਜੀ ਨੇ, ਸੁਖਵਿੰਦਰ ਕਾਕਾ ਜੀ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ। ਸਾਡੇ ਫਾਜ਼ਿਲਕਾ ਦੀ ਸ਼ਾਨ ਚੌਧਰੀ ਸੁਰਜੀਤ ਕੁਮਾਰ ਜੈਣੀ, ਸਾਬਕਾ ਮੰਤਰੀ ਪੰਜਾਬ ਸਰਕਾਰ ਦਾ ਵੀ ਮੈਂ ਧੰਨਵਾਦ ਕਰਨਾ, ਜਿਨ੍ਹਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਅੱਜ ਮੁਕਾਮ ਤੱਕ ਪਹੁੰਚਾਇਆ। ਮੈਂ ਵਿਸ਼ਵਾਸ ਦਿਵਾਉਣਾ ਭਾਰਤੀ ਜਨਤਾ ਪਾਰਟੀ ਦੇ ਫਾਜ਼ਿਲਕਾ ਦੇ ਵਰਕਰਾਂ ਨੂੰ ਅਤੇ ਪਾਰਟੀ ਸਮੁੱਚੀ ਪਾਰਟੀ ਨੂੰ, ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਵਾਂਗਾ। ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਕੋਈ ਵਰਕਰ ਪੁਰਾਣੇ ਤੋਂ ਪੁਰਾਣਾ, ਉਹਦੇ ਘਰ ਮੈਂ ਜਾ ਕੇ ਪੈਰ ਫੜ ਕੇ ਪਾਰਟੀ ਨਾਲ ਤੋਰ ਕੇ, ਭਾਰਤ ਦੇ ਪ੍ਰਧਾਨ ਮੰਤਰੀ ਸਾਡੀ ਜਿਹੜੀ ਸ਼ਾਨ ਹੈ ਭਾਰਤ ਦੀ, ਤੀਸਰੀ ਵਾਰੀ ਜਿਹੜਾ ਸਾਡਾ ਮਿਸ਼ਨ ਹੈਗਾ, ਤੀਸਰੀ ਵਾਰੀ ਮਿਸ਼ਨ ਸਾਡਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੁਬਾਰਾ ਭਾਰਤ ਦੇ ਪ੍ਰਧਾਨ ਮੰਤਰੀ ਬਣਨ, ਘਰ ਘਰ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਨੀਤੀਆਂ ਦੱਸ ਕੇ ਅਸੀਂ ਪਾਰਟੀ ਨਾਲ ਵਰਕਰ ਵੱਧ ਤੋਂ ਵੱਧ ਜੋੜਾਂਗੇ ਵੀ, ਅਤੇ ਜਿਹੜੇ ਘਰ ਕੋਈ ਬੈਠੇ ਆ ਉਹਨਾਂ ਨੂੰ ਨਾਲ ਚੱਲ ਕੇ ਪਾਰਟੀ ਦਾ ਹੋਰ ਅੱਗੇ ਜਾ ਕੇ ਵਿਸਤਾਰ ਕਰਾਂਗੇ। ਇਸ ਟਾਈਮ ਭਾਰਤੀ ਜਨਤਾ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਿਰਫ ਚੁਣਾਵਾਂ ਟਾਈਮ ਐਕਟਿਵ ਨਹੀਂ ਰਹਿੰਦੀ, ਹਰ ਟਾਈਮ ਸਕ੍ਰਿਯ ਰਹਿੰਦੀ ਹੈ। ਇਹ ਉਸੇ ਦੇ ਤਹਿਤ ਪਾਰਟੀ 'ਚ ਅਲੱਗ ਅਲੱਗ ਸੰਗਠਨਾਤਮਕ ਐਕਟੀਵਿਟੀਆਂ, ਨਿਯੁਕਤੀਆਂ, ਗਤੀਵਿਧੀਆਂ ਚੱਲਦੀਆਂ। ਜ਼ਿਲ੍ਹਾ ਪ੍ਰਧਾਨ ਹੁਣੇ ਨਵੇਂ ਬਣੇ ਸੀ ਸੁਖਵਿੰਦਰ ਸਿੰਘ ਕਾਕਾ ਕੰਬੋਜ ਜੀ, ਉਹਨਾਂ ਨੇ ਹੁਣ ਅੱਗੇ ਆਪਣੀ ਸਾਰੀ ਪੂਰੀ ਟੀਮ ਨੂੰ ਨਵਾਂ ਬਣਾਇਆ ਅਤੇ ਕੁਛ ਮੰਡਲ ਪ੍ਰਧਾਨ ਵੀ ਬਦਲੇ ਨੇ। ਅਤੇ ਉਸੇ ਕੜੀ ਦੇ ਤਹਿਤ ਫਾਜ਼ਿਲਕਾ 'ਚ ਬੜੇ ਸਾਡੇ ਜੁਝਾਰੂ ਵਰਕਰ, ਸਾਡੇ ਪੁਰਾਣੇ MC ਅਤੇ ਇੱਕ ਨਵਾਂ ਜੋਸ਼ ਜਿਨ੍ਹਾਂ 'ਚ ਹੈਗਾ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ, ਜਿਹੜਾ ਕੰਮ ਨਰਿੰਦਰ ਅਗਰਵਾਲ ਜੀ ਨੇ ਵਧਾਇਆ ਸੀ ਉਹਨੂੰ ਹੋਰ ਅੱਗੇ ਵਧਾਉਣ ਦਾ ਜ਼ਿੰਮਾ ਇਹਨੂੰ ਸੌਂਪਿਆ ਅਤੇ ਮੇਰੇ ਵੱਲੋਂ ਅਤੇ ਇਹਨੂੰ ਬੜੀ ਸ਼ੁਭਕਾਮਨਾਵਾਂ ਹੈ। ਮੈਨੂੰ ਉਮੀਦ ਹੈ ਕਿ ਪਾਰਟੀ ਨੂੰ ਰਮੇਸ਼ ਕਟਾਰੀਆ ਜੀ ਹੋਰ ਉੱਚੇ ਮੁਕਾਮ 'ਤੇ ਲੈ ਕੇ ਜਾਣਗੇ ਅਤੇ ਵਰਕਰਾਂ ਵਿੱਚ ਵੀ ਇੱਕ ਨਵੇਂ ਹੌਸਲੇ ਦਾ ਸੰਚਾਰ ਹੋਵੇਗਾ। ਜੋ ਅੱਜ ਜ਼ਿਲ੍ਹਾ ਪੱਧਰ 'ਤੇ ਜਾਂ ਮੰਡਲ ਪੱਧਰ 'ਤੇ ਨਿਯੁਕਤ ਹੋਈਆਂ ਨੇ, ਮੈਂ ਨਵਨਿਯੁਕਤ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਕਰਤਾ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਆਪਣੀ ਤਰਫ ਹਾਰਦਿਕ ਸ਼ੁਭਕਾਮਨਾ ਵੀ ਦਿੰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਰਮੇਸ਼ ਕਟਾਰੀਆ ਜੀ ਨੂੰ ਭਾਰਤੀ ਜਨਤਾ ਪਾਰਟੀ ਮੰਡਲ ਫਾਜ਼ਿਲਕਾ ਦਾ ਪਦਭਾਰ ਸੌਂਪਿਆ ਗਿਆ ਹੈ, ਮੈਂ ਇਹਨਾਂ ਨੂੰ ਆਪਣੀ ਸ਼ੁਭਕਾਮਨਾ ਵੀ ਦਿੰਦਾ ਅਤੇ ਇਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਂਦਾ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਵੱਧ ਚੜ ਕੇ ਇਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਭਾਰਤੀ ਜਨਤਾ ਪਾਰਟੀ ਨੀਤੀਆਂ ਨੂੰ ਅੱਗੇ ਵਧਾਉਣਗੇ ਅਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਫਾਜ਼ਿਲਕਾ ਵਿੱਚ ਸਿਰਮੌਰ ਹੋ ਕੇ ਅਤੇ ਫਿਰੋਜ਼ਪੁਰ ਦੀ ਲੋਕ ਸਭਾ ਦੀ ਸੀਟ ਹੈ ਉਹ ਮੋਦੀ ਸਾਹਿਬ ਦੀ ਝੋਲੀ ਹੀ ਪਾਉਣਗੇ। ਇਹ ਮੈਨੂੰ ਭਾਰਤੀ ਜਨਤਾ ਪਾਰਟੀ ਅਤੇ ਪੂਰੇ ਵਰਕਰਾਂ 'ਤੇ ਵਿਸ਼ਵਾਸ ਹੈ ਅਤੇ ਰਮੇਸ਼ ਕਟਾਰੀਆ ਜੀ 'ਤੇ ਵੀ ਪੂਰਾ ਵਿਸ਼ਵਾਸ ਹੈ, ਉਹ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ।